ਹਾਂਜੀ ਫਰੈਂਡਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਕਲਰਕਾਂ ਦੀਆਂ 759 ਪੋਸਟਾਂ ਦੇ ਐਗਜ਼ਾਮ ਲਈ ਮੌਕ ਟੈਸਟ ਦਾ ਲਿੰਕ ਹੈ ਜਿਹੜਾ ਆ ਚੁੱਕਿਆ ਜੀ ਲਿੰਕ ਤੁਹਾਨੂੰ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੇਗਾ ਟੈਸਟ ਹੈ ਜਿਹੜਾ ਜੀ ਉਹ ਸਿਰਫ ਸਿੰਗਲ ਲੈਂਗੁਏਜ ਹੋਣਾ ਹੈ ਬਾਈ ਲੈਂਗੁਅਵਲ ਨਹੀਂ ਹੈ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਟੈਸਟ ਹੋਣਾ ਹੈ ਸੋ ਕੈਂਡੀਡੇਟ ਸਾਰੇ ਇਸ ਦੇ ਅਕੋਰਡਿੰਗ ਹੀ ਪਲਾਨ ਕਰਿਓ ਡਬਲ ਲੈਂਗੁਏਜ ਨਹੀਂ ਆਏਗੀ ਪੰਜਾਬੀ ਨਹੀਂ ਆਏਗੀ ਸਿਰਫ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਟੈਸਟ ਹੋਏਗਾ ਠੀਕ ਹੈ ਜੀ ਇਹ ਵਾਲਾ ਲਿੰਕ ਤੁਹਾਨੂੰ ਦੇ ਦਾਂਗੇ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਉੱਥੋਂ ਜਾ ਕੇ ਤੁਸੀਂ ਸਿਰਫ ਸਾਈਨ ਇਨ ਤੇ ਕਲਿੱਕ ਕਰਨਾ ਹੈ ਬਸ ਸਾਈਨ ਇਨ ਤੇ ਕਲਿੱਕ ਕਰਨ ਤੋਂ ਬਾਅਦ ਨੈਕਸਟ ਜਿਹੜੀ ਵਿੰਡੋ ਹੈ ਓਪਨ ਹੋ ਜਾਏਗੀ ਤੇ ਤੁਹਾਨੂੰ ਸਾਰੀ ਦੀ ਸਾਰੀ ਡਿਟੇਲ ਮਿਲ ਜੇਗੀ ਇੱਕ ਵਾਰ ਐਗਜ਼ਾਮ ਮੌਕ ਟੈਸਟ ਲਗਾ ਕੇ ਦੇਖ ਲਿਓ ਤਾਂ ਕਿ ਕੋਈ ਦਿੱਕਤ ਨਾ ਆਵੇ ਡੇਟਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 3 4 ਤੇ 5 ਅਲੱਗ-ਅਲੱਗ ਸਥਾਵਾਂ ਤੇ ਹੋਏਗਾ ਪੰਜਾਬ ਹਰਿਆਣਾ ਐਂਡ ਯੂਟੀ ਦੇ ਵਿੱਚ ਕਲੀਅਰ ਹੈ ਜੀ ਐਡਮਿਟ ਕਾਰਡ ਜਿਹਨੇ ਜਿਹੜੇ ਤੁਹਾਨੂੰ 26/9/2022 ਨੂੰ ਮਿਲ ਜਾਣਗੇ ਠੀਕ ਹੈ ਜੀ ਐਡਮਿਟ ਕਾਰਡ ਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੇਗਾ ਜਦੋਂ ਵੀ ਐਡਮਿਟ ਕਾਰਡ ਆਉਂਦੇ ਨੇ ਠੀਕ ਹੈ ਇਸ ਲਈ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਆਲਰੇਡੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਬੈਲ ਆਈਕਨ ਪ੍ਰੈਸ ਕਰਕੇ ਰੱਖਿਆ ਹੋਇਆ ਉਹਨਾਂ ਨੂੰ ਦੁਬਾਰਾ ਕਰਨ ਦੀ ਜ਼ਰੂਰਤ ਨਹੀਂ ਹੈ ਜਿਹੜੇ ਰਹਿ ਗਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਵਾਰ-ਵਾਰ ਕਹਿਣ ਦਾ ਮਤਲਬ ਇਹੀ ਹੈ ਵੀ ਜਿਹੜੇ ਕੈਂਡੀਡੇਟ ਰਹਿ ਜਾਂਦੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਸਾਰੀਆਂ ਵੀਡੀਓ ਤੁਹਾਨੂੰ ਲ ਇਸੇ ਚੈਨਲ ਤੇ ਮਿਲਦੀ ਹੈ ਨਾ ਇਨਫੋ ਬੋਰਡ ਅਲਗੋਰੀਟਮ ਜੌਬ ਸਰਚ ਕਰੋਗੇ YouTube ਦੇ ਉੱਪਰ ਸਾਰੇ ਦੇ ਸਾਰੇ ਲਿੰਕ ਮਿਲ ਜਾਣਗੇ ਠੀਕ ਹੈ ਨਾ ਇਹਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਆ ਦੇਖੋ ਕੱਲ ਵੀਡੀਓ ਪਾਈ ਸੀਗੀ ਆਪਾਂ ਵੀ ਜਿਹੜੀਆਂ ਪੀਟੀਪੀਐਸਬੀ ਕਲਰਕ ਦੇ ਵਿੱਚ ਪ੍ਰੀਫਰੈਂਸ ਦੀ ਚੋਣ ਕਿਵੇਂ ਕਰਨੀ ਹੈ ਤਾਂ ਕਿ ਬਾਅਦ ਚ ਆਪਾਂ ਨੂੰ ਪਛਤਾਉਣਾ ਨਾ ਪਵੇ ਇੱਕ OTP ਲਈ ਉਹਨਾਂ ਨੇ ਕਿਹਾ ਸੀਗਾ ਵੀ ਰੈ ਪ੍ਰੀਫਰੈਂਸ ਫਿਲ ਕਰਨੇ ਨੇ ਦੇਡਾ ਤੁਹਾਡਾ ਰਜਿਸਟਰਡ ਮੋਬਾਈਲ ਨੰਬਰ ਹੈ ਮਤਲਬ ਕਿ ਜਦੋਂ ਤੁਸੀਂ ਅਪਲਾਈ ਕੀਤਾ ਸੀਗਾ ਜਦੋਂ ਪੋਸਟਾਂ ਆ ਕਲਰਕ ਦੀ ਅਪਲਾਈ ਕੀਤੀਆਂ ਸੀ ਅਪਲਾਈ ਕਰਨ ਵੇਲੇ ਜਿਹੜਾ ਰਜਿਸਟਰ ਮੋਬਾਈਲ ਨੰਬਰ ਰਜਿਸਟਰ ਕੀਤਾ ਸੀ ਉਹ ਮੋਬਾਈਲ ਦੇ ਉੱਪਰ OTP ਆਏਗਾ ਕਲੀਅਰ ਹੈ ਜੀ ਕਈ ਕੈਂਡੀਡੇਟ ਕੋਲੇ OTP ਨਹੀਂ ਆ ਰਿਹਾ ਹੋਣਾ ਉਹਦਾ ਕਾਰਨ ਇਹੀ ਹੈ ਕਿਉਂਕਿ ਤੁਸੀਂ ਰਜਿਸਟਰ ਕਿਸੇ ਹੋਰ ਮੋਬਾਈਲ ਤੋਂ ਕੀਤਾ ਠੀਕ ਹੈ ਜੀ ਇਹਨੂੰ ਓਪਨ ਕਰ ਲੋਗੇ ਓਪਨ ਕਰਕੇ ਸਾਰੇ ਦੇ ਸਾਰੇ ਚੈਨਲ ਤੁਹਾਨੂੰ ਇਸ ਹੋਮ ਪੇਜ ਤੇ ਮਿਲ ਜਾਣਗੇ ਇਨਫੋ ਪੋਰਟਲ ਕੁਮਿੰਟ ਜੋਬ ਦੇ ਇਹ ਸਾਰੇ ਚੈਨਲ ਤੁਸੀਂ ਸਬਸਕ੍ਰਾਈਬ ਕਰ ਲੈਣੇ ਨੇ ਬੈਲ ਆਈਕਨ ਪ੍ਰੈਸ ਕਰ ਲੈਣਾ ਕੋਈ ਕੈਂਡੀਡੇਟ ਰਹੇ ਨਾ ਠੀਕ ਹੈ ਜੀ ਸਾਰੇ ਜੇ ਸਾਰੇ ਸਬਸਕ੍ਰਾਈਬ ਕਰ ਲਿਓ ਟੈਕਨੀਕਲ ਵੀਡੀਓਸ ਤੁਹਾਨੂੰ ਐਸੇ ਚੈਨਲ ਤੇ ਲਗਾਤਾਰ ਮਿਲਦੀਆਂ ਰਹਿਣਗੀਆਂ ਪਲੇਲਿਸਟ ਬਣੀ ਹੋਈ ਹੈ ਜੀ ਐਸਐਸਪੋਰਟ ਦੇ ਕਲਰਕ ਦਾ ਟਾਈਪਿੰਗ ਟੈਸਟ ਵੀ ਹੋਣਾ ਉਹਦੇ ਲਈ ਫ੍ਰੀ ਆਫ ਕੋਸਟ ਆਪਣੀਆਂ ਰਵੀ ਫੌਂਟ ਟਾਈਪਿੰਗ ਦੀਆਂ ਕਲਾਸਿਸ ਪਈਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਕੋਈ ਕੈਂਡੀਡੇਟ ਵੀਡੀਓ ਨੂੰ ਲਾਈਕ ਸ਼ੇਅਰ ਕਰੇ ਬਿਨਾ ਰਹੇ ਨਾ ਫੋਰ ਏਗਜ਼ਾਮਪਲ ਕੋਈ ਵੀ ਵੀਡੀਓ ਤੁਸੀਂ ਓਪਨ ਕਰ ਲੋਗੇ ਓਪਨ ਕਰਨ ਤੋਂ ਬਾਅਦ ਠੀਕ ਹੈ ਜੀ ਇਹਨੂੰ ਲਾਈਕ ਸ਼ੇਅਰ ਕਰ ਦਿਓ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜੇਗਾ ਤੁਹਾਨੂੰ ਠ ਸ਼ੋਅ ਮੋਰ ਤੇ ਕਲਿੱਕ ਕਰਨ ਤੋਂ ਬਾਅਦ ਆ ਦੇਖੋ ਸਾਰੇ ਦੇ ਸਾਰੇ ਲਿੰਕ ਤੁਹਾਨੂੰ ਮਿਲ ਗਏ ਆ ਜੀ ਪੀਡੀਐਫ ਫਾਈਲ ਦੇ ਲਈ ਟੈਲੀਗ੍ਰਾਮ ਚੈਨਲ ਦਾ ਲਿੰਕ ਹੈਗਾ ਫੇਸਬੁੱਕ ਪੇਜ ਦਾ ਹੈਗਾ ਟਵਿੱਟਰ ਦਾ ਹੈਗਾ ਇੰਸਟਾਗ੍ਰam ਦਾ ਸਾਰੇ ਲਿੰਕਾਂ ਤੋਂ ਫੋਲੋ ਕਰ ਲੈਣਾ ਕੋਈ ਲਿੰਕ ਹੈ ਜਿਹੜਾ ਤੁਹਾਡੇ ਤੋਂ ਰਹੇ ਨਾ ਠੀਕ ਹੈ ਹੋਰ ਪੋਸਟਸ ਜਲਦ ਹੀ ਆਉਣਗੀਆਂ ਪੰਜਾਬ ਐ ਇਹਦੀਆਂ ਪੰਜਾਬ ਪੁਲਿਸ ਦੀਆਂ ਜਿਹੜੀਆਂ ਪੋਸਟਸ ਹੈਗੀ ਆ ਉਹਨਾਂ ਦੀ ਐਗਜ਼ਾਮ ਡੇਟ ਵੀ ਆਉਣ ਵਾਲੀ ਹੈ ਠੀਕ ਹੈ ਨਾ نوٹیفیکیشن 아이 थिंक आ गयागा मिड ਦੇ ਵਿੱਚ ਹੋਏਗਾ اکتوبر ਦੇ باقی ਕਲੈਰੀਫਿਕੇਸ਼ਨ ਜਦੋਂ ਆਫੀਸ਼ੀਅਲ ਨੋਟੀਫਿਕੇਸ਼ਨ ਆ ਜਾਂਦਾ ਤੁਹਾਨੂੰ ਮੈਸੇਜ ਲਾ ਦਿੱਤਾ ਜਾਏਗਾ ਠੀਕ ਹੈ ਨਾ ਸੂਚਨਾ ਜਿਹੜੀ ਜਾਣਕਾਰੀ ਤੁਹਾਨੂੰ ਮਿਲਦੀ ਰਹੂਗੀ ਬਸ ਸ਼ਰਤ ਇਹ ਹੈ ਵੀ ਬੈਲ ਆਈਕਨ ਪ੍ਰੈਸ ਕੀਤਾ ਹੋਣਾ ਚਾਹੀਦਾ ਚੈਨਲ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਬੈਲ ਆਈਕਨ ਪ੍ਰੈਸ ਕਰਨਾ ਕੀਤਾ ਹੋਣਾ ਚਾਹੀਦਾ ਇੱਕ ਵਾਰ ਕਰ ਲਿਆ ਦੁਬਾਰਾ ਕਰਨਾ ਨਹੀਂ ਵਾਰ ਵਾਰ ਤਾਂ ਹੀ ਕਹਿੰਦੇ ਰਹਿੰਦੇ ਨੇ ਕਈ ਕੈਂਡੀਡੇਟ ਰਹਿ ਜਾਂਦੇ ਨੇ ਠੀਕ ਹੈ ਚਲੋ ਮਿਲਦੇ ਹਾਂ ਅਪਕਮਿੰਗ ਅ ਨੋਟਿਸ ਦੇ ਨਾਲ ਜਾਂ ਹੋਰ ਵੀਡੀਓਜ਼ ਦੇ ਨਾਲ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਆਂਗਣਵਾੜੀ ਦੀਆਂ ਪੋਸਟਾਂ ਆਉਣੀਆਂ ਨੇ ਜੀ ਅਲਰਟ ਰਹੋ ਜਦੋਂ ਵੀ ਆਣਗੀਆਂ ਤੁਹਾਨੂੰ ਸੂਚਿਤ ਕਰ ਦਿੱਤਾ ਜਾਏਗਾ ਬਾਏ ਬਾਏ